ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾ ਇੱਕ ਵਿਸ਼ਾ ਉਹ ਇਹ ਹੈ ਕਿ ਐਸੀਆਂ ਅਣਗਿਣਤ ਰੂਹਾਂ ਜਿਹੜੀਆਂ ਜੋ ਬ੍ਰਹਿਮੰਡ ਦੇ ਵਿੱਚ ਵਿਚਰਦੀਆਂ ਰਹਿੰਦੀਆਂ ਅਤੇ ਕਈਆਂ ਸਾਲਾਂ ਤੋਂ ਜਿਹੜੀਆਂ ਉਹ ਫਸੀਆਂ ਹੋਈਆਂ ਹੈ, ਅਤੇ ਉਹ ਕੁਛ ਐਸੇ ਮਨੁੱਖ ਆ ਜਿਹੜੇ ਦੱਸਦੇ ਆ ਕਿ ਇਹ ਰੂਹਾਂ ਜਿਹੜੀਆਂ ਹੈ ਉਹਨਾਂ ਨੂੰ ਮਿਲੀਆਂ ਅਤੇ ਉਹਨਾਂ ਦੇ ਨਾਲ ਜੋ ਵਰਤਾਰੇ ਹੋਏ ਆ ਉਹ ਇਹਨਾਂ ਦੇ ਸਾਰਿਆਂ ਦੇ ਹੀ ਅਲੱਗ ਅਲੱਗ ਭਿੰਨ ਭਿੰਨ ਜਿਹੜੇ ਉਹ ਮੰਨੇ ਜਾਂਦੇ ਆ। ਕਿਉਂਕਿ ਇਹ ਜੋ ਮਨੁੱਖਾ ਰੂਹ ਹੈਗੀ ਆ ਇਹ 84 ਲੱਖ ਜੂਨਾਂ ਤੋਂ ਬਾਅਦ ਹੀ ਜਿਹੜੀ ਹੈ ਇਹ ਦੁਰਲੱਭ ਪ੍ਰਾਪਤ ਹੁੰਦੀ ਆ, ਪਰ ਅਗਰ ਇਹਦੇ ਵਿੱਚ ਨਾਮ ਭਜਨ ਸਿਮਰਨ ਨਾ ਕੀਤਾ ਜਾਵੇ, ਇਸ ਮਨੁੱਖਾ ਜਨਮ ਦਾ ਜੋ ਪ੍ਰਯੋਜਨ ਮਨੋਰਥ ਹੈ ਉਸ ਨੂੰ ਨਾਮ ਅਗਰ ਨਾ ਸੰਭਾਲਿਆ ਜਾਵੇ ਤਾਂ ਫਿਰ ਮਨੁੱਖ ਜਿਹੜਾ ਨਾ ਫਿਰ ਆਵਾਗਾਉਣ ਦੇ ਚੱਕਰ ਦੇ ਵਿੱਚ ਫਸ ਜਾਂਦਾ ਹੈਗਾ। ਇਸ ਕਰਕੇ ਬਹੁਤ ਸੋਝੀ ਦੀ ਲੋੜ ਹੈ ਅਤੇ ਉਹ ਜਿਹੜੇ ਗੁਰਮੁਖ ਆ ਉਹ ਭਾਗਾਂ ਵਾਲੇ ਆ ਜਿਹੜੇ ਨਾਮ ਬਾਣੀ ਨਾਲ ਜੁੜੇ ਆ ਤਾਂ ਆਪਣਾ ਜੀਵਨ ਜਿਹੜੇ ਉਹ ਸਫਲ ਬਣਾ ਰਹੇ ਹੈ। ਪਰ ਜਿਵੇਂ ਅਸੀਂ ਇਹ ਦੇਖਦੇ ਹਾਂ ਸ਼ੁਰੂ ਤੋਂ ਉੱਤੋਂ ਹੀ ਕਿ ਇਹ ਜਿਹੜੀਆਂ ਰੂਹਾਂ ਹੈਗੀਆਂ ਇਹ ਵਾਹਿਗੁਰੂ ਕੋਈ ਨਾ ਕੋਈ ਕਾਰਨ ਬਣਾ ਕੇ ਇਹਨਾਂ ਦੀ ਗਤੀ ਵੀ ਕਰ ਦਿੰਦਾ ਹੈਗਾ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਜਿਹੜੇ ਹੈ ਇੱਕ ਵਾਰ ਜਦੋਂ ਉਹ ਗਾਗਰ ਭਰ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਲਈ ਵਿਆਸ ਦਰਿਆ ਤੋਂ ਵਾਪਸ ਲਿਆ ਰਹੇ ਸੀ, ਰਸਤੇ ਵਿੱਚ ਦੱਸਦੇ ਇਤਿਹਾਸ ਦੇ ਵਿੱਚ ਇੱਕ ਹੱਡੀ ਪਈ ਸੀ, ਉਸ ਹੱਡੀ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਦਾ ਕਹਿੰਦੇ ਅੰਗੂਠਾ ਰੱਖ ਹੋ ਗਿਆ। ਜਦੋਂ ਅੰਗੂਠਾ ਰੱਖ ਹੋ ਗਿਆ ਤਾਂ ਗੁਰੂ ਅਮਰਦਾਸ ਮਹਾਰਾਜ ਅੱਗੇ ਚਲੇ ਗਏ ਅਤੇ ਬਾਕੀ ਜੋ ਉਹਨਾਂ ਦੇ ਸੇਵਾਦਾਰ ਸੀ ਜਿਹੜੇ ਪਿੱਛੇ ਉਹਨਾਂ ਦੇ ਆ ਰਹੇ ਸੀ, ਉਹਨਾਂ ਨੇ ਦੇਖਿਆ ਕਿ ਉਸ ਹੱਡੀ ਦੇ ਵਿੱਚੋਂ ਇੱਕ ਚਿੱਟੇ ਰੰਗ ਦਾ ਧੂੰਆਂ ਜਿਹਾ ਨਿਕਲਿਆ। ਫਿਰ ਉਹ ਧੂੰਆਂ ਜਿਹੜਾ ਸੀ ਹੌਲੀ ਹੌਲੀ ਜਿਹੜਾ ਸੀ ਇੱਕ ਮਨੁੱਖਾ ਰੂਪ ਉਹਨੇ ਅਖਤਿਆਰ ਕਰ ਲਿਆ। ਜਦ ਉਹਨੂੰ ਮਨੁੱਖਾ ਦੇ ਹੀ ਅਖਤਿਆਰ ਕੀਤੀ ਤਾਂ ਗੁਰੂ ਅਮਰਦਾਸ ਮਹਾਰਾਜ ਤਾਂ ਆਪਣੀ ਮੌਤ 'ਚ ਅੱਗੇ ਜਾ ਰਹੇ ਸੀ। ਉਸ ਨੇ ਫਿਰ ਡੰਡੋਤ ਬੰਦਨਾ ਹੋ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਜਿਹੜੀ ਸੀ ਉਹ ਨਮਸਕਾਰ ਕੀਤੀ। ਕਹਿੰਦੇ ਉਸ ਤੋਂ ਬਾਅਦ ਫਿਰ ਆਕਾਸ਼ ਤੋਂ ਇੱਕ ਵਿਮਾਨ ਉਤਰਿਆ, ਉਸ ਵਿਮਾਨ ਦੇ ਵਿੱਚ ਜਿਹੜੀ ਉਹ ਰੂਹ ਬੈਠ ਗਈ ਸੀ ਅਤੇ ਉਹ ਬਕੁੰਠ ਧਾਮ ਨੂੰ ਚਲੀ ਗਈ ਸੀ। ਜਦ ਪਿਛਲੀ ਸੰਗਤ ਨੇ ਇਹ ਜਿਹੜਾ ਕੌਤਕ ਸੀਗਾ ਇਹ ਪ੍ਰਤੱਖ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਉਹਨਾਂ ਨੇ ਜਾ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਹ ਸਾਰਾ ਕੌਤਕ ਦੱਸਿਆ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਕਿ ਗੁਰੂ ਅਮਰਦਾਸ ਮਹਾਰਾਜ ਜਿਹੜੀ ਅਵਸਥਾ ਹੈ ਸੀ ਉੱਚੀ ਹੋ ਗਈ ਆ ਕਿ ਇੱਕ ਜਿਹੜੀ ਰੂਹ ਸੀ ਜਿਹੜੀ ਕਈਆਂ ਸਾਲਾਂ ਦੇ ਵਿੱਚੋਂ ਇੱਕ ਹੱਡੀ ਦੇ ਵਿੱਚ ਜਿਹੜੀ ਸੀ ਉਹ ਰਹਿੰਦੀ ਹੁੰਦੀ ਸੀ ਅਤੇ ਗੁਰੂ ਅਮਰਦਾਸ ਮਹਾਰਾਜ ਦੀ ਸ਼ੋਹ ਦਾ ਸਦਕਾ ਹੀ ਉਹਦੇ ਸਾਰੇ ਪਾਪ ਨਸ਼ਟ ਹੋ ਗਏ ਆ ਅਤੇ ਉਹ ਜਿਹੜੀ ਰੂਹ ਸੀ ਉਹ ਫਿਰ ਆਪਣੇ ਅਸਲ ਰੂਪ ਦੇ ਵਿੱਚ ਆ ਗਈ ਆ ਅਤੇ ਉਹਨੂੰ ਫਿਰ ਹੁਣ ਪੂਰਾ ਬਕੁੰਠ ਧਾਮ ਦੀ ਜਿਹੜੀ ਆ ਉਹ ਬਖਸ਼ਿਸ਼ ਪ੍ਰਾਪਤ ਹੋ ਗਈ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਇਹ ਇਹਨਾਂ ਰੂਹਾਂ ਨੂੰ ਤਾਰ ਦਿੰਦੇ ਆ, ਇਹਦਾ ਕਾਰਨ ਵੀ ਪਰਮੇਸ਼ਰ ਹੀ ਬਣਾਉਂਦਾ ਹੈਗਾ। ਪਰ ਕਈ ਵਾਰ ਰੂਹਾਂ ਜਿਹੜੀਆਂ ਕੁਛ ਐਸੇ ਕੰਮ ਵੀ ਭਲਾਈ ਵਾਲੀਆਂ ਕਰਦੀਆਂ ਹੈ ਕਿ ਜਿਹੜਾ ਇਨਸਾਨ ਦੇਖ ਕੇ ਚਕਰਤ ਰਹਿ ਜਾਂਦਾ ਹੈਗਾ। ਇਹ ਉਹ ਸੱਜਣ ਦੱਸਦੇ ਆ ਜਿਨ੍ਹਾਂ ਨੂੰ ਜਿਹੜੀਆਂ ਇਹ ਰੂਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਮਿਲੀਆਂ ਅਤੇ ਉਹਨਾਂ ਨੇ ਇਹਨਾਂ ਦੇ ਨਾਲ ਜੋ ਗੱਲਬਾਤ ਕੀਤੀ। ਜਿਵੇਂ ਇੱਕ ਹਿੰਦੀ ਫਿਲਮਾਂ ਦੇ ਵਿੱਚ ਇੱਕ ਐਕਟਰ ਹੋਏ ਆ, ਉਹ ਆਪਣੀ ਜੀਵਨੀ ਦੇ ਵਿੱਚ ਦੱਸਦੇ ਸੀਗੇ ਕਿ ਉਹਨਾਂ ਨੂੰ ਜਿਹੜਾ ਸੀਗਾ ਇਹ ਗਾਉਣ ਦਾ ਬੜਾ ਸ਼ੌਂਕ ਸੀਗਾ ਅਤੇ ਉਹ ਗਾਉਣ ਵਾਸਤੇ ਰਿਆਜ਼ ਕਰਦੇ ਹੁੰਦੇ ਸੀ। ਕਹਿੰਦੇ ਜਦੋਂ ਉਹ ਰਿਆਜ਼ ਕਰਦੇ ਹੁੰਦੇ ਸੀ, ਗਾਉਣ ਦਾ ਅਭਿਆਸ ਕਰਦੇ ਹੁੰਦੇ ਸੀ ਤਾਂ ਉਹਨਾਂ ਨੂੰ ਚੰਗਾ ਲੱਗਦਾ ਸੀਗਾ ਕਿ ਕਿਸੇ ਇਕਾਂਤ ਦੇ ਵਿੱਚ ਬੈਠ ਕੇ ਇਹ ਮੈਂ ਗਾਉਣ ਦਾ ਜਿਹੜਾ ਅਭਿਆਸ ਕਰਾਂ। ਕਹਿੰਦੇ ਇੱਕ ਬੜੀ ਸੁੰਦਰ ਬੜੀ ਰਮਣੀਕ ਜਗ੍ਹਾ ਸੀਗੀ ਅਤੇ ਦੁਪਹਿਰ ਦਾ ਦਿਨ ਸੀਗਾ ਜਦੋਂ ਮੈਂ ਕਹਿੰਦੇ ਉਸ ਰਮਣੀਕ ਜਗ੍ਹਾ ਦੇ ਵਿੱਚ ਬੈਠ ਕੇ ਜਦ ਗਾਉਣਾ ਸ਼ੁਰੂ ਕੀਤਾ ਸੀਗਾ ਅਤੇ ਉਹਦਾ ਜਿਹੜਾ ਅਭਿਆਸ ਕਰ ਰਿਹਾ ਸੀਗਾ। ਅਚਨਚੇਤ ਕਹਿੰਦੇ ਜਿਸ ਦਰੱਖਤ ਦੇ ਥੱਲੇ ਮੈਂ ਬੈਠਾ ਸੀਗਾ ਉਸ ਦਰੱਖਤ ਤੋਂ ਉੱਤੋਂ ਇੱਕ ਮੁੰਦੀ ਥੱਲੇ ਡਿੱਗੀ। ਜਦ ਕਹਿੰਦੇ ਡਿੱਗੀ ਤਾਂ ਕਹਿੰਦੇ ਮੈਂ ਆਲੇ ਦੁਆਲੇ ਦੇਖਿਆ ਪਰ ਉੱਥੇ ਬੰਦਾ ਕੋਈ ਨਹੀਂ ਸੀ, ਉਹ ਸੋਨੇ ਦੀ ਮੁੰਦਰੀ ਸੀਗੀ। ਅਤੇ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਕਿ ਮੁੰਦੀ ਕਿੱਥੋਂ ਆਈ। ਜਦ ਕਹਿੰਦੇ ਮੈਂ ਉੱਪਰ ਦਰੱਖਤ ਦੇ ਦੇਖਿਆ ਦਰੱਖਤ ਦੇ ਕੋਲ ਉੱਤੇ ਵੀ ਕੋਈ ਆਦਮੀ ਦਿਖਾਈ ਨਹੀਂ ਦਿੱਤਾ, ਪਰ ਕਹਿੰਦੇ ਜਦੋਂ ਮੈਂ ਮੁੰਦਰੀ ਨੂੰ ਗੋ ਨਾ ਦੇਖਿਆ ਤਾਂ ਕਹਿੰਦੇ ਵੀ ਉੱਤੋਂ ਆਵਾਜ਼ ਆਈ ਕਹਿੰਦੇ ਭਾਈ ਦੇਖਦਾ ਕੀ ਹੈ, ਇਹ ਮੁੰਦਰੀ ਮੈਂ ਤੈਨੂੰ ਦਿੱਤੀ ਆ। ਜਦ ਕਹਿੰਦੇ ਇਹ ਆਵਾਜ਼ ਜਿਹੜੀ ਸੀ ਉਸ ਦਰੱਖਤ ਦੇ ਉੱਪਰੋਂ ਆਈ ਤਾਂ ਕਹਿੰਦੇ ਮੈਂ ਬੜੇ ਗੋ ਨਾ ਤੱਕਿਆ ਅਤੇ ਵੀ ਇਹ ਕੌਣ ਹੋ ਸਕਦਾ ਹੈ। ਜਦ ਕਹਿੰਦੇ ਮੈਨੂੰ ਕੋਈ ਦਿਖਾਈ ਨਹੀਂ ਦਿੱਤਾ ਅਤੇ ਫਿਰ ਆਵਾਜ਼ ਆਈ ਵੀ ਭਾਈ ਇਹ ਮੁੰਦਰੀ ਮੈਂ ਹੀ ਤੈਨੂੰ ਦਿੱਤੀ ਹੈ, ਮੈਂ ਇਸ ਦਰੱਖਤ ਦੇ ਉੱਤੇ ਬੈਠਾ ਹਾਂ ਅਤੇ ਤੇਰਾ ਜੋ ਗਾਣੇ ਦਾ ਅਭਿਆਸ ਸਾਨੂੰ ਸੁਣ ਰਿਹਾ ਹੈਗਾ।
ਅਤੇ ਕਹਿੰਦੇ ਫਿਰ ਮੈਂ ਉਹ ਐਕਟਰਸ ਦੱਸਦੇ ਸੀ, ਕਹਿੰਦੇ ਫਿਰ ਮੈਂ ਪੂਰੀ ਤਰ੍ਹਾਂ ਡਰ ਗਿਆ। ਪਰ ਫਿਰ ਕਹਿੰਦੇ ਉਸ ਮੈਨੂੰ ਦੱਸਿਆ ਸੀਗਾ ਉਸ ਰੂਹ ਨੇ, ਕਹਿੰਦੇ ਤੂੰ ਡਰਨਾ, ਇਹ ਜਿਹੜਾ ਤੂੰ ਰਿਆਜ਼ ਕਰਦਾ ਹੈ ਨਾ ਗਾਉਣ ਦਾ, ਇਹ ਸਮਾਂ ਪਾ ਕੇ ਤੂੰ ਇਸ ਰਸਤੇ ਦੇ ਵਿੱਚ ਬੜੀ ਉੱਨਤੀ ਕਰੇਗਾ, ਅਤੇ ਮੁੰਦੀ ਜਿਹੜੀ ਹੈ ਤੂੰ ਆਪਣੇ ਉਂਗਲੀ 'ਚ ਪਾ ਲਾ, ਇਹ ਤੇਰੇ ਬੜੇ ਕੰਮ ਆਵੇਗੀ। ਸੋ ਕਹਿਣ ਤੋਂ ਭਾਵ ਇਹ ਹੈਗਾ। ਅਤੇ ਕਹਿੰਦੇ ਵੀ ਉਸੇ ਤਰ੍ਹਾਂ ਮੈਂ ਕੀਤਾ, ਉਹ ਮੁੰਦਰੀ ਜਿਹੜੀ ਸੀ ਮੈਂ ਆਪਣੀ ਉਂਗਲੀ 'ਚ ਪਾ ਲਈ ਅਤੇ ਰਿਆਜ਼ ਕਰਦਾ ਰਿਹਾ। ਪਤਾ ਨਹੀਂ ਕਹਿੰਦੇ ਉਹ ਰੂਹ ਨੂੰ ਜਾਂ ਮੇਰਾ ਪਤਾ ਸੀਗਾ ਉਹ ਰੂਹ ਕਿਹਦੀ ਸੀ, ਉਹਨੇ ਮੇਰੀ ਮਦਦ ਕਿਉਂ ਕੀਤੀ, ਇਹ ਜਿਹੜਾ ਵਿਸ਼ਾ ਸੀ, ਸਵਾਲ ਸੀ ਮੇਰੇ ਵਾਸਤੇ, ਅਜੇ ਵੀ ਸਵਾਲ ਬਣਿਆ ਹੋਇਆ ਹੈ। ਪਰ ਜੋ ਉਸ ਰੂਹ ਨੇ ਮੈਨੂੰ ਗੱਲਬਾਤ ਕਰਕੇ ਕਿਹਾ ਸੀਗਾ ਕਿ ਸਮਾਂ ਆਉਣ 'ਤੇ ਤੂੰ ਬਹੁਤ ਹੀ ਵੱਡਾ ਜਿਹੜਾ ਸੀ ਉਹ ਫਿਲਮਾਂ ਦੇ ਵਿੱਚ ਐਕਟਰ ਬਣੇਗਾ। ਅਤੇ ਕਹਿੰਦੇ ਮੇਰੇ ਨਾਲ ਉਸੇ ਤਰ੍ਹਾਂ ਹੀ ਹੋਇਆ ਸੀਗਾ। ਪਰ ਕਹਿੰਦੇ ਉਹ ਜੋ ਸ਼ਖਸ ਸੀਗਾ ਜਿਹਨੇ ਮੇਰੇ ਨਾਲ ਗੱਲ ਕੀਤੀ ਸੀ ਉਹ ਮੈਨੂੰ ਦਿਖਾਈ ਨਹੀਂ ਸੀ ਦਿੱਤਾ, ਅਤੇ ਪਰ ਕਹਿੰਦੇ ਜਿਹੜੀ ਮੁੰਦਰੀ ਸੀ ਉਹ ਜੋ ਉਹਨੇ ਦਿੱਤੀ ਸੀਗੀ ਉਹ ਬਿਲਕੁਲ ਸੋਨੇ ਦੀ ਸੀਗੀ, ਅਤੇ ਕਹਿੰਦੇ ਮੈਂ ਉਹਨੂੰ ਫਿਰ ਆਪਣੀ ਉਂਗਲੀ ਦੇ ਵਿੱਚ ਆਪਣੇ ਪਾ ਲਿਆ ਸੀਗਾ। ਇਸੇ ਤਰ੍ਹਾਂ ਮਹਾਂਪੁਰਖ ਇਹ ਵੀ ਦੱਸਦੇ ਸੀ, ਕਹਿੰਦੇ ਇੱਕ ਵਾਰ ਜਾਣੀ ਬੰਬੇ ਸ਼ਹਿਰ ਦੇ ਸਮੁੰਦਰ ਦੇ ਵਿੱਚ ਬਾਹਰ ਇਕਾਂਤ ਦੇ ਉੱਤੇ ਕਿਸੇ ਜਾਣੀ ਪਛਾਤੀ ਰੂਹ ਜਿਹੜੀ ਸੀ ਕਿਸੇ ਵਿਅਕਤੀ ਨੂੰ ਮਿਲੀ ਸੀ। ਉਹ ਜਿਹੜੀ ਰੂਹ ਸੀ ਉਹ ਲੜਕੀ ਸੀਗੀ, ਕਹਿੰਦੇ ਉਹ ਜਿਹੜੀ ਲੜਕੀ ਜਦੋਂ ਮਿਲੀ ਸੀ ਤਾਂ ਉਹ ਅਣਪਛਾਤਾ ਜਿਹੜਾ ਇਹ ਲੜਕੀ ਸੀਗੀ ਉਹਦਾ ਉਸ ਸ਼ਖਸ ਦੇ ਨਾਲ ਕਹਿੰਦੇ ਪਿਆਰ ਬਣ ਗਿਆ ਸੀਗਾ, ਅਤੇ ਉਹਨੇ ਉਹਨੂੰ ਸ਼ਾਦੀ ਵਾਸਤੇ ਹਾਂ ਹਾਂ ਕਰ ਦਿੱਤੀ ਸੀ। ਕਹਿੰਦੇ ਫਿਰ ਉਹਨੇ ਸ਼ਾਦੀ ਵੀ ਕਰ ਲਈ, 2 ਮਹੀਨੇ ਉਹ ਲੜਕੀ ਜਿਹੜੀ ਸੀ ਉਸ ਲੜਕੇ ਦੇ ਨਾਲ ਰਹੀ ਆ। ਪਰ 2 ਮਹੀਨੇ ਬਾਅਦ ਉਸ ਲੜਕੀ ਜਿਹੜੀ ਸੀ ਉਹਨੇ ਉਸ ਲੜਕੇ ਨੂੰ ਕਹਿਤਾ ਸੀਗਾ ਕਿ ਜੋ ਤੂੰ ਮੈਂ ਸਮਝਦਾ ਮੈਂ ਉਹ ਨਹੀਂ ਹੈ, ਅਸਲ ਵਿੱਚ ਮੇਰਾ ਤੇਰੇ ਨਾਲ ਕੋਈ ਪੁਰਾਣਾ ਰਿਸ਼ਤਾ ਹੈ, ਅਤੇ ਇਹ ਰਿਸ਼ਤਾ ਮੈਂ ਨਿਭਾਉਣ ਦੀ ਖਾਤਰ ਤੇਰੇ ਨਾਲ 2 ਮਹੀਨੇ ਵਿੱਚ ਇਹ ਆਪਣਾ ਸਾਰਾ ਜੋ ਮੇਰਾ ਤੇਰੇ ਨਾਲ ਲੈਣ ਦੇਣ ਸੀਗਾ ਮੈਂ ਪੂਰਾ ਕਰ ਲਿਆ ਹੈਗਾ। ਅਤੇ ਹੁਣ ਮੈਨੂੰ ਰਾਤ ਜਿਹੜੇ ਸੀ ਉਹ ਆਦਮੀ ਆਏ ਸੀ, ਉਹਨਾਂ ਨੇ ਕਿਹਾ ਸੀਗਾ ਕਿ ਤੇਰਾ ਜਿਹੜਾ ਹਿਸਾਬ ਕਿਤਾਬ ਹੈ ਪਿਛਲੇ ਜਨਮ ਦਾ ਇਹਦੇ ਨਾਲ ਇਹ ਪੂਰਾ ਹੋ ਗਿਆ ਹੈ, ਤਾਂ ਹੁਣ ਅੱਗੇ ਤੈਨੂੰ ਜਨਮ ਦਿੱਤਾ ਜਾਵੇਗਾ। ਜਦੋਂ ਕਹਿੰਦੇ ਉਸ ਰੂਹ ਨੇ ਉਸ ਬੰਦੇ ਨਾਲ ਸਾਰੀ ਗੱਲ ਕੀਤੀ ਸੀਗੀ, ਜੋ ਲੜਕੀ ਜਿਹੜੀ ਸੀ ਉਹ ਪ੍ਰਤੱਖ ਜਿਹੜੀ ਸੀ ਉਹਨੂੰ ਜਿਹੜੀ ਮਿਲੀ ਸੀਗੀ, ਤਾਂ ਫਿਰ ਕਹਿੰਦੇ ਉਸ ਬੰਦੇ ਨੇ ਇਹ ਕਿਹਾ ਸੀਗਾ ਕਿ ਮੈਨੂੰ ਇਹ ਨਹੀਂ ਸੀ ਪਤਾ ਕਿ ਤੇਰੀ ਜਿਹੜੀ ਦੁਨੀਆ ਹੈਗੀ ਆ ਜਿਹਦੇ ਬਾਰੇ ਅਸੀਂ ਜਾਣਦੇ ਨਹੀਂ ਵੀ ਤੂੰ ਐਸੀ ਦੁਨੀਆ ਦੇ ਵਿੱਚੋਂ ਆਈ ਆ, ਪਰ ਫਿਰ ਵੀ ਮੈਂ ਤੈਨੂੰ ਪਿਆਰ ਕਰਦਾ, ਅਗਰ ਤੂੰ ਕਿਸੇ ਜੂਨ ਦੇ ਵਿੱਚ ਜਾਂ ਕਿਸੇ ਹੋਰ ਪਾਸੇ ਚਲੀ ਗਈ ਹੈ ਤਾਂ ਕੀ ਮੈਨੂੰ ਤੂੰ ਦੁਬਾਰਾ ਵੀ ਮਿਲੇਗੀ। ਤਾਂ ਫਿਰ ਕਹਿੰਦੇ ਲੜਕੀ ਨੇ ਜਿਹੜਾ ਸੀ ਉਹ ਵਾਅਦਾ ਕੀਤਾ ਸੀਗਾ ਕਿ ਅਗਰ ਮੈਂ ਕਿਸੇ ਵੀ ਜੂਨ ਦੇ ਵਿੱਚ ਚਲੀ ਜਾਵਾਂ ਮੈਂ ਤੈਨੂੰ ਦੁਬਾਰਾ ਇੱਕ ਵਾਰ ਜ਼ਰੂਰ ਮਿਲੂੰਗੀ। ਫਿਰ ਕਹਿੰਦੇ ਉਸੇ ਰਾਤ ਜਿਹੜੀ ਸੀ ਉਹ ਲੜਕੀ ਸੀ ਉਹ ਗਾਇਬ ਹੋ ਗਈ ਸੀ ਉਹਦੇ ਕਮਰੇ ਦੇ ਵਿੱਚੋਂ। ਪਰ ਕਹਿੰਦੇ ਉਹ ਜਿਹੜਾ ਫਿਰ ਲੜਕਾ ਸੀ ਬੜਾ ਉਦਾਸ ਹੋ ਗਿਆ ਸੀਗਾ, ਜਿਸ ਸਮੁੰਦਰ ਦੇ ਕੰਢੇ ਉੱਤੇ ਉਹ ਲੜਕੀ ਮਿਲੀ ਸੀ ਮਹਾਂਪੁਰਖ ਦੱਸਦੇ ਸੀਗੇ ਉਸੇ ਸਮੁੰਦਰ ਦੇ ਉਹ ਲੜਕਾ ਘੁੰਮਦਾ ਰਹਿੰਦਾ ਸੀਗਾ। ਇੱਕ ਦਿਨ ਕਹਿੰਦੇ ਕੀ ਹੋਇਆ, ਉਹ ਉਸ ਸਮੁੰਦਰ ਦੇ ਉੱਤੇ ਘੁੰਮ ਰਿਹਾ ਸੀਗਾ, ਇੱਕ ਛੋਟਾ ਜਿਹਾ ਹਿਰਨ ਆਇਆ ਸੀਗਾ। ਉਸ ਹਿਰਨ ਨੇ ਆ ਕੇ ਜਿਹੜਾ ਸੀ ਉਸ ਲੜਕੇ ਦੇ ਸਾਹਮਣੇ ਖੜ੍ਹ ਕੇ ਤੱਕਿਆ ਸੀਗਾ, ਅਤੇ ਉਹ ਜਦੋਂ ਲੜਕਾ ਨੂੰ ਉਹ ਹਿਰਨ ਜਿਹੜਾ ਸੀ ਬੜਾ ਪਿਆਰਾ ਲੱਗਾ। ਜਦੋਂ ਉਹ ਹਿਰਨ ਜਿਹੜਾ ਪਿਆਰਾ ਲੱਗਾ ਸੀ ਜਦੋਂ ਉਹਦੇ ਪਿੱਛੇ ਦੌੜਿਆ ਤਾਂ ਹਿਰਨ ਜਿਹੜਾ ਸੀ ਜੋ ਉਹਦੇ ਅੱਗੇ ਅੱਗੇ ਦੌੜਨਾ ਸ਼ੁਰੂ ਕਰ ਦਿੱਤਾ। ਉਹ ਥੋੜ੍ਹਾ ਅੱਗੇ ਜਾਵੇ ਫਿਰ ਖੜ੍ਹ ਕੇ ਦੇਖਣ ਲੱਗ ਪਏ, ਫਿਰ ਉਹ ਲੜਕਾ ਉਹਦੇ ਪਿੱਛੇ ਜਾਵੇ ਫਿਰ ਉਹ ਖੜ੍ਹ ਕੇ ਦੇਖਣ ਲੱਗ ਪਵੇ। ਇਸ ਤਰ੍ਹਾਂ ਕਹਿੰਦਾ ਇਹ 10-15 ਮਿੰਟ ਦੀ ਖੇਡ ਤੋਂ ਬਾਅਦ ਫਿਰ ਜਿਹੜਾ ਹਿਰਨ ਸੀਗਾ ਉਹ ਉੱਥੋਂ ਨਿਕਲ ਕੇ ਕਿਸੇ ਦੂਸਰੀ ਜਗ੍ਹਾ ਚਲਾ ਗਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਸੀਗਾ ਵੀ ਉਹ ਜਿਹੜਾ ਲੜਕੀ ਜਿਹੜੀ ਰੂਹ ਸੀਗੀ ਜਿਹੜੀ ਲੜਕੀ ਦੇ ਰੂਪ ਦੇ ਵਿੱਚ ਉਸ ਲੜਕੇ ਨੂੰ ਮਿਲੀ ਸੀ ਜਿਹਦੇ ਨਾਲ ਉਹ 2 ਮਹੀਨੇ ਉਸ ਬੰਬੇ ਸ਼ਹਿਰ ਦੇ ਵਿੱਚ ਰਹੀ ਸੀਗੀ, ਤਾਂ ਉਹ ਫਿਰ ਸਮਾਂ ਪਾ ਕੇ ਜਿਹੜੀ ਸੀਗੀ ਉਹ ਕਿਸੇ ਜੂਨੀ ਦੇ ਵਿੱਚ ਚਲੀ ਗਈ ਸੀ, ਅਤੇ ਉਹ ਜੂਨ ਉਹਨੂੰ ਫਿਰ ਹਿਰਨੀ ਦੀ ਪ੍ਰਾਪਤ ਹੋਈ ਸੀ। ਪਰ ਉਹਨੇ ਵਾਅਦਾ ਕੀਤਾ ਸੀਗਾ ਕਿ ਮੈਂ ਅਗਰ ਦੁਬਾਰਾ ਤੈਨੂੰ ਜ਼ਰੂਰ ਮਿਲੂੰਗੀ ਚਾਹੇ ਮੈਂ ਕਿਸੇ ਵੀ ਜੂਨ 'ਚ ਚਲੀ ਜਾਵਾਂ, ਪਰ ਮੈਨੂੰ ਇਹ ਨਹੀਂ ਪਤਾ ਕਿ ਮੈਂ ਦੁਬਾਰਾ ਕਿੱਥੇ ਜਾਣਾ ਹੈ। ਪਰ ਜੋ ਰਾਤੀ ਜਿਹੜੇ ਆਦਮੀ ਅਣਪਛਾਤੇ ਆਏ ਸੀ ਜਿਨ੍ਹਾਂ ਨੂੰ ਅਸੀਂ ਦੇਵ ਲੋਕ ਆਖਦੇ ਹਾਂ, ਕਹਿੰਦੇ ਉਹਨੇ ਕਿਹਾ ਸੀਗਾ ਕਿ ਤੇਰਾ ਹੁਣ ਜਿਹੜਾ ਸਮਾਂ ਇਹ ਪੂਰਾ ਹੋ ਗਿਆ ਹੈ, ਅਤੇ ਹੁਣ ਤੂੰ ਤੈਨੂੰ ਅਸੀਂ ਰਾਤ ਨੂੰ ਇੱਥੋਂ ਲੈ ਕੇ ਕਿਸੇ ਦੂਸਰੀ ਦੁਨੀਆ ਦੇ ਵਿੱਚ ਭੇਜ ਦੇਵਾਂਗੇ। ਅਤੇ ਉਹਦੀ ਫਿਰ ਜਿਹੜੀ ਦੂਸਰੀ ਦੁਨੀਆ ਸੀ ਉਹਦੇ ਵਿੱਚ ਉਹਨੇ ਫਿਰ ਹਿਰਨੀ ਦਾ ਜਿਹੜਾ ਸੀ ਉਹ ਜਨਮ ਲਿਆ ਸੀਗਾ, ਅਤੇ ਉਹ ਹਿਰਨੀ ਦਾ ਬੱਚਾ ਹੀ ਉਸ ਨੂੰ ਸਮੁੰਦਰ ਦੇ ਕੰਢੇ ਮਿਲ ਗਿਆ ਸੀਗਾ। ਸੋ ਇਸ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਉਹ ਬਠਿੰਡੇ ਸ਼ਹਿਰ ਦੀ ਵੀ ਇੱਕ ਸੱਜਣ ਦੱਸਦੇ ਸੀਗੇ ਕਿ ਜਦੋਂ 1947 ਦੇ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ 2 ਮੁਲਕ ਜਿਹੜੇ ਸੀ ਉਹ ਬਣ ਗਏ ਸੀਗੇ, ਅਤੇ ਇਹਨਾਂ 2 ਮੁਲਕਾਂ ਦੇ ਵਿੱਚ ਕਹਿੰਦੇ ਫਿਰ ਮੈਨੂੰ ਇੱਕ ਛੋਟੀ ਜਿਹੀ ਨੌਕਰੀ ਜਿਹੜੀ ਸੀ ਉਹ ਬਠਿੰਡੇ ਸ਼ਹਿਰ ਦੇ ਵਿੱਚ ਬਾਅਦ ਦੇ ਵਿੱਚ ਮਿਲੀ ਸੀ, ਜਦੋਂ ਜਿਹੜਾ ਸੀ ਇਹ ਆਜ਼ਾਦੀ ਤੋਂ ਬਾਅਦ ਦੀ ਗੱਲ ਆ। ਕਹਿੰਦੇ ਜਦੋਂ ਬਠਿੰਡੇ ਸ਼ਹਿਰ 'ਚ ਨੌਕਰੀ ਮਿਲੀ ਤਾਂ ਮੈਂ ਫਿਰ ਬਠਿੰਡੇ ਸ਼ਹਿਰ 'ਚ ਨੌਕਰੀ ਹੋਣ ਦੇ ਕਾਰਨ ਮੈਂ ਸੋਚਿਆ ਸੀਗਾ ਕਿ ਮੈਨੂੰ ਅਗਰ ਇੱਥੇ ਕਿਸੇ ਦਾ ਕੋਈ ਘਰ ਜਾਂ ਮਕਾਨ ਵਗੈਰਾ ਇਹ ਮਿਲ ਜਾਵੇ
ਅਤੇ ਮੈਂ ਆਪਣਾ ਸਾਰਾ ਹੀ ਪਰਿਵਾਰ ਜਿਹੜਾ ਹੈ ਇੱਥੇ ਲੈ ਆਵਾਂ। ਫਿਰ ਉਸਨੇ ਕਹਿੰਦੇ ਘਰ ਵਗੈਰ ਦੇਖਿਆ ਸੀਗਾ ਅਤੇ ਇੱਕ ਮੁਹੱਲੇ 'ਚ ਕਿਸੇ ਨੇ ਦੱਸਿਆ ਸੀਗਾ ਕਿ ਇੱਥੇ ਇੱਕ ਮਕਾਨ ਪੁਰਾਣਾ ਹੈ ਅਤੇ ਉਹ ਸਸਤਾ ਵੀ ਹੈ ਅਤੇ ਉਹਦੇ ਕਮਰੇ ਵੀ ਬੜੇ ਖੁੱਲ੍ਹੇ ਅਤੇ ਸੁੰਦਰ ਵਾ, ਅਗਰ ਤੁਸੀਂ ਚਾਹੋ ਤਾਂ ਉਹਦਾ ਸੌਦਾ ਕਰ ਲਓ। ਕਹਿੰਦੇ ਜਦ ਮੈਂ ਘਰ ਜਾ ਕੇ ਦੇਖਿਆ ਤਾਂ ਉਹਦੇ 5-7 ਜਿਹੜੇ ਕਮਰੇ ਸੀਗੇ ਅਤੇ ਉੱਪਰ ਵੀ ਜਿਹੜੇ ਸੀ 1-2 ਕਮਰੇ ਉੱਪਰ ਚੁਬਾਰੇ 'ਤੇ ਬਣੇ ਹੋਏ ਸੀ ਅਤੇ ਵਿਹੜੇ ਦੇ ਵਿੱਚ ਇੱਕ ਨਾਲ ਕਰ ਸਕਾ ਅਤੇ ਬਾਕੀ ਵਿਹੜਾ ਵੀ ਕਹਿੰਦੇ ਪੱਕਾ ਸੀਗਾ, ਮਕਾਨ ਕੀ ਬਿਲਕੁਲ ਪੱਕਾ ਸੀਗਾ। ਅਤੇ ਮੈਂ ਬੜਾ ਖੁਸ਼ ਸੀਗਾ ਕਿ ਐਡਾ ਭਰਾ ਮਕਾਨ ਜਿਹੜਾ ਹੈ ਉਹ ਮੈਨੂੰ ਬਹੁਤ ਹੀ ਸਸਤੇ ਰੇਟ ਦੇ ਉੱਤੇ ਮਿਲ ਗਿਆ ਹੈਗਾ। ਕਹਿੰਦੇ ਉਸ ਤੋਂ ਬਾਅਦ ਮੈਂ ਉਸ ਮਕਾਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਉਹਦਾ ਸਾਫ਼ ਸਫਾਈ ਆ ਮਕਾਨ ਦਾ ਸਾਰਾ ਹੀ ਕਰਕੇ ਕਹਿੰਦੇ ਫਿਰ ਮੈਂ ਆਪਣੀ ਪਤਨੀ ਜੋ ਉਸ ਟਾਈਮ ਗਰਭਵਤੀ ਸੀ ਕਹਿੰਦੇ ਮੈਂ ਉਹਨੂੰ ਆਪਣੇ ਮਕਾਨ ਦੇ ਵਿੱਚ ਬੁਲਾ ਲਿਆ। ਜਦ ਕਹਿੰਦੇ ਮਕਾਨ ਦੇ ਵਿੱਚ ਬੁਲਾਇਆ ਤਾਂ ਕਹਿੰਦੇ 2-4 ਦਿਨ ਤਾਂ ਬੜੇ ਸੁੰਦਰ ਉਸ ਮਕਾਨ ਦੇ ਵਿੱਚ ਨਿਕਲੇ, ਪਰ ਇੱਕ ਦਿਨ ਮੈਂ ਜਦੋਂ ਆਪਣੇ ਕੰਮ ਤੋਂ ਵਾਪਸ ਦੁਪਹਿਰ ਆਪਣੇ ਘਰ ਆਇਆ ਅਤੇ ਮੇਰੀ ਘਰਵਾਲੀ ਨੇ ਮੈਨੂੰ ਦੱਸਿਆ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇਸ ਘਰ ਦੇ ਵਿੱਚੋਂ ਹੈ ਨਾ ਬੱਚਿਆਂ ਦੀਆਂ ਆਵਾਜ਼ਾਂ ਮੈਨੂੰ ਸੁਣਾਈ ਦਿੰਦੀਆਂ। ਕਹਿੰਦੇ ਮੈਂ ਉਹਨੂੰ ਕਿਹਾ ਵੀ ਇਸ ਤਰ੍ਹਾਂ ਦਾ ਕੋਈ ਨਹੀਂ ਕਿ ਬੱਚਿਆਂ ਦੀ ਆਵਾਜ਼ਾਂ ਤੈਨੂੰ ਸੁਣਾਈ ਦਿੱਤੀਆਂ, ਕਿਉਂਕਿ ਤੂੰ ਵੈਸੇ ਹੀ ਹੁਣ ਇੱਕ ਬੱਚੇ ਦੀ ਮਾਂ ਬਣਨ ਵਾਲੀ ਹੈ ਅਤੇ ਤੇਰੀ ਸੁਰਤ ਜਿਹੜੀ ਹੈ ਹੁਣ ਬੱਚਿਆਂ ਦੇ ਵਿੱਚ ਟਿਕੀ ਹੋਈ ਹੈ ਅਤੇ ਇਸ ਕਰਕੇ ਤੈਨੂੰ ਅੰਦਰੋਂ ਬਾਹਰੋਂ ਜਿਹੜੀਆਂ ਸਾਰਿਆਂ ਬੱਚਿਆਂ ਦੀਆਂ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਹਨ। ਕਹਿੰਦੇ ਜਦੋਂ ਮੈਂ ਉਸਨੂੰ ਇਸ ਤਰ੍ਹਾਂ ਸਮਝਾਇਆ ਤਾਂ ਫਿਰ ਕਹਿੰਦੀ ਮੇਰੀ ਜਿਹੜੀ ਪਤਨੀ ਸੀ ਉਹ ਚੁੱਪ ਕਰ ਗਈ ਅਤੇ ਕਹਿੰਦੇ ਫਿਰ ਦੂਸਰੇ ਦਿਨ ਮੈਂ ਫਿਰ ਕੰਮ 'ਤੇ ਚਲਾ ਗਿਆ। ਪਰ ਕਹਿੰਦੇ ਫਿਰ ਅਗਲੇ 1-2 ਦਿਨਾਂ ਬਾਅਦ ਜਦੋਂ ਫਿਰ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਮੈਂ ਸੱਚਮੁੱਚ ਹੀ ਜਦੋਂ ਰਾਤ ਨੂੰ ਸੌਂਦੀ ਹਾਂ ਤਾਂ ਮੈਨੂੰ ਇਸ ਘਰ ਦੇ ਵਿੱਚੋਂ ਬੱਚਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ, ਕਹਿੰਦੇ ਮੈਂ ਉਹਨੂੰ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਇੱਥੇ ਸਿਰਫ਼ ਤੇਰੇ ਧਿਆਨ ਦੀ ਗੱਲ ਹੈ ਕਿ ਤੇਰੇ ਧਿਆਨ ਕਰਕੇ ਹੀ ਤੈਨੂੰ ਬੱਚਿਆਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਸੁਣਾਈ ਦਿੱਤੀਆਂ, ਕਿਉਂਕਿ ਤੇਰੇ ਹਰ ਟਾਈਮ ਦਿਮਾਗ ਦੇ ਵਿੱਚ ਜਿਹੜੀ ਹੈ ਉਹ ਬੱਚਿਆਂ ਦੀ ਖਿੱਚ ਬਣੀ ਰਹਿੰਦੀ ਹੈ। ਕਹਿੰਦੇ ਇਸ ਤਰ੍ਹਾਂ ਮੈਂ ਫਿਰ ਦੁਬਾਰਾ ਉਸਨੂੰ ਸਮਝਾਇਆ, ਪਰ ਕਹਿੰਦੇ ਫਿਰ ਮੇਰੀ ਘਰਵਾਲੀ ਨੇ ਮੈਨੂੰ ਕਿਹਾ ਕਿ ਨਹੀਂ ਮੈਂ ਝੂਠ ਨਹੀਂ ਬੋਲਦੀ ਕਿ ਇਸ ਘਰ ਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਜਿਵੇਂ ਇੱਥੇ ਬੱਚੇ ਜਿਹੜੇ ਹੈਗੇ ਉਹ ਦੌੜ ਰਹੇ ਆ, ਖੇਡ ਰਹੇ ਆ, ਨੱਠ ਭੱਜ ਕਰ ਰਹੇ ਆ ਅਤੇ ਉਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਹਨ ਕਹਿੰਦੇ ਉਹ ਮੈਨੂੰ ਸੁਣਾਈ ਦੇ ਰਹੀਆਂ ਹੈ। ਪਰ ਕਹਿੰਦੇ ਜਦੋਂ ਮੈਂ ਆਪਣੀ ਘਰਵਾਲੀ ਨੂੰ ਫਿਰ ਵੀ ਸਮਝਾਇਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਮਕਾਨ ਬੜਾ ਖੁੱਲ੍ਹਾ ਹੈ, ਇਹਦੇ ਕਮਰੇ ਬੜੇ ਖੁੱਲ੍ਹੇ ਆ, ਪੱਕਾ ਮਕਾਨ ਮਿਲ ਗਿਆ ਹੈ, ਉਹ ਵੀ ਸਸਤਾ ਮਿਲ ਗਿਆ ਹੈ ਬਠਿੰਡੇ ਸ਼ਹਿਰ ਦੇ ਵਿੱਚ, ਅਤੇ ਆਪਣੀ ਕਿਸਮਤ ਚੰਗੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਵੀ ਇਹ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ, ਕਿਉਂਕਿ ਆਪਾਂ ਤਾਂ ਵੈਸੇ ਵੀ ਪੜ੍ਹੇ ਲਿਖੇ ਹਾਂ ਅਤੇ ਮੈਂ ਵੀ ਚੰਗਾ ਸਰਕਾਰੀ ਅਫਸਰੀ ਦੇ ਅਹੁਦੇ ਉੱਤੇ ਕੰਮ ਕਰਦਾ ਹਾਂ, ਇਸ ਤਰ੍ਹਾਂ ਦੀ ਘਰ ਦੇ ਵਿੱਚ ਕੋਈ ਗੱਲਬਾਤ ਨਹੀਂ ਹੈ। ਪਰ ਕਹਿੰਦੇ ਇੱਕ ਦਿਨ ਮੈਂ ਅਸੀਂ ਸੁੱਤੇ ਸੀ ਦੁਪਹਿਰ ਨੂੰ ਅਤੇ ਮੇਰੀ ਪਤਨੀ ਜਿਹੜੀ ਸੀ ਜ਼ੋਰ ਦੇਣੀ ਉੱਠ ਕੇ ਬੈਠ ਕੇ ਉਹਨੇ ਚੀਕ ਮਾਰੀ ਅਤੇ ਮੈਂ ਕਹਿੰਦੇ ਉਹਨੂੰ ਪੁੱਛਿਆ ਕੀ ਗੱਲ ਹੋਈ ਅਤੇ ਕਹਿੰਦੇ ਉਹ ਕਹਿਣ ਲੱਗੀ ਕਿ ਇੱਥੇ 1-2 ਬੱਚੇ ਆਏ ਆ, ਉਹਨੇ ਨਿਸ਼ਾਤ ਨਾਲ ਮੇਰੇ ਜਿਹੜੇ ਪੇਟ ਦੇ ਉੱਪਰ ਹੈ ਨਾ ਇਸ ਤਰ੍ਹਾਂ ਹੱਥ ਮਾਰਿਆ ਹੈ। ਕਹਿੰਦੇ ਮੈਂ ਉਹਨੂੰ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ, ਮੈਨੂੰ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ, ਪਰ ਮੇਰੀ ਪਤਨੀ ਜਿਹੜੀ ਸੀ ਉਹ ਵਾਰ ਵਾਰ ਮੈਨੂੰ ਕਹਿ ਰਹੀ ਸੀ ਕਿ ਤੁਹਾਨੂੰ ਤਾਂ ਪਤਾ ਨਹੀਂ ਕਿਉਂ ਸੁਣਾਈ ਨਹੀਂ ਦੇ ਰਿਹਾ, ਪਰ ਜੋ ਕੁਛ ਇਸ ਘਰ ਦੇ ਵਿੱਚ ਹੋ ਰਿਹਾ ਹੈ ਉਹ ਮੈਨੂੰ ਪੂਰਾ ਸੁਣਾਈ ਦੇ ਰਿਹਾ ਹੈਗਾ ਅਤੇ ਇਹ ਜਿਹੜੇ ਬੱਚੇ ਆ ਮੈਨੂੰ ਮਕਾਨਾਂ ਦੇ ਵਿੱਚ ਉੱਪਰ ਥੱਲੇ ਸਾਰੇ ਭੱਜਦੇ ਜਿਹੜੇ ਹੈਗੇ ਆ ਉਹਨਾਂ ਦੇ ਖੜਕੇ ਜਿਹਦੀਆਂ ਆਵਾਜ਼ਾਂ ਜਿਹੜੀਆਂ ਉਹ ਸੁਣਾਈ ਦੇ ਰਹੀਆਂ ਹਨ। ਪਰ ਕਹਿੰਦੇ ਫਿਰ ਉਸ ਟਾਈਮ 'ਤੇ ਫਿਰ ਮੈਂ ਚੁੱਪ ਕੀਤਾ ਰਿਹਾ, ਪਰ ਮੈਨੂੰ ਥੋੜ੍ਹਾ ਥੋੜ੍ਹਾ ਸ਼ੱਕ ਹੋਣ ਲੱਗ ਪਿਆ ਕਿ ਮੇਰੀ ਪਤਨੀ ਵੀ ਜਿਹੜੀ ਉਹ ਪੜ੍ਹੀ ਲਿਖੀ ਹੈ, ਇਸ ਤਰ੍ਹਾਂ ਦੇ ਕਿਸੇ ਵਹਿਮ ਭਰਮ ਵਿੱਚ ਨਹੀਂ ਫਸ ਸਕਦੀ, ਪਰ ਫਿਰ ਵੀ ਇਹ ਜੋ ਕਹਿ ਰਹੀ ਹੈ ਮੈਨੂੰ ਤਾਂ ਕੁਛ ਇਸ ਤਰ੍ਹਾਂ ਦਾ ਨਜ਼ਰ ਨਹੀਂ ਆ ਰਿਹਾ ਕਿ ਇਹ ਕਹਿ ਰਹੀ ਹੈ ਕਿ ਸਾਡੇ ਮਕਾਨ ਵਿੱਚ ਬੱਚੇ ਨੱਠ ਰਹੇ ਆ, ਉਹਨਾਂ ਦੀਆਂ ਆਵਾਜ਼ਾਂ ਆ ਰਹੀਆਂ ਹੈ ਅਤੇ ਉਹ ਬੱਚੇ ਜਿਹੜੇ ਆਪਸ ਵਿੱਚ ਗੱਲਾਂ ਕਰ ਰਹੇ ਆ। ਕਹਿੰਦੇ ਮੈਂ ਇਸ ਤਰ੍ਹਾਂ ਦਾ ਕੋਈ ਵੀ ਆਪਣੇ ਮਨ ਦੇ ਉੱਤੇ ਨਹੀਂ ਲਿਆਂਦਾ, ਪਰ ਜਦੋਂ ਕਹਿੰਦੇ ਮੇਰੀ ਪਤਨੀ ਫਿਰ ਮੈਨੂੰ ਇਹ ਵੀ ਦੱਸਦੀ ਸੀਗੀ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਮੈਂ ਥੋੜ੍ਹਾ ਜਿਹਾ ਲੰਮੀ ਪੈਂਦੀ ਹਾਂ ਅਤੇ ਉਹ ਜਿਹੜੇ ਬੱਚਿਆਂ ਦੇ ਹੱਥ ਆ ਨਾ ਮੇਰੇ ਸਿਰ ਦੇ ਉੱਤੇ ਬੜੇ ਜ਼ੋਰ ਨਾਲ ਵੱਜਦੇ ਆ ਅਤੇ ਉਹ ਮੈਨੂੰ ਸੁੱਤੀ ਪੇ ਨੂੰ ਉਠਾਲ ਦਿੰਦੇ ਆ। ਕਹਿੰਦੇ ਖੈਰ ਕਹਿੰਦੇ ਮੈਂ ਚੁੱਪ ਰਿਹਾ ਅਤੇ ਮੈਂ ਮਨ ਵਿੱਚ ਇਹ ਆਪਣੀ ਪਤਨੀ ਨੂੰ ਆਖਿਆ ਕਿ ਜੇ ਤੂੰ ਇਕੱਲੀ ਰਹਿੰਦੀ ਹੈ ਸ਼ਾਇਦ ਤੇਰੇ ਮਨ ਦਾ ਇਹ ਪ੍ਰਭਾਵ ਹੈ ਅਤੇ ਮੈਂ ਰਿਸ਼ਤੇਦਾਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਹੋਰ ਨੂੰ ਇਸ ਘਰ ਦੇ ਵਿੱਚ ਬੁਲਾ ਲਊਂਗਾ ਤਾਂ ਜੋ ਇਹ ਜਿਹੜਾ ਹੈਗਾ ਤੇਰਾ ਦਿਲ ਵੀ ਲੱਗਾ ਰਹੂਗਾ ਅਤੇ ਤੇਰਾ ਧਿਆਨ ਵੀ ਇਸ ਪਾਸਿਓਂ ਹਟ ਜਾਊਗਾ। ਅਤੇ ਕਹਿੰਦੇ ਮੈਂ ਇਹ ਸੋਚ ਕੇ ਫਿਰ ਆਪਣੀ ਪਤਨੀ ਨੂੰ ਚੁੱਪ ਕਰਾਤਾ। ਪਰ ਕਹਿੰਦੇ ਜਿੱਦਣ ਮੈਂ ਜਾਣਾ ਸੀਗਾ ਕਹਿੰਦੇ ਰਾਤ ਨੂੰ ਅਚਨਚੇਤ ਮੈਨੂੰ ਪਿਆਸ ਲੱਗੀ ਅਤੇ ਉਦਣ ਚੰਦ ਦੀ ਚਾਨਣੀ ਸੀ। ਉਹ ਕਹਿੰਦੇ ਜਦ ਚੰਦ ਦੀ ਚਾਨਣੀ ਸੀ ਮੈਨੂੰ ਪਿਆਸ ਲੱਗੀ ਅਤੇ ਜਦੋਂ ਮੈਂ ਪਾਣੀ ਲੈਣ ਲਈ ਕਿਉਂਕਿ ਨਲਕਾ ਵਿਹੜੇ ਦੇ ਥੱਲੇ ਹੀ ਸੀਗਾ ਅਤੇ ਮੈਂ ਜਦੋਂ ਉਤਰਨ ਲੱਗਾ ਤਾਂ ਮੈਂ ਕੀ ਦੇਖਿਆ ਕਿ 10-12 ਬੱਚੇ ਜਿਹੜੇ ਉਹ ਵਿਹੜੇ ਵਿੱਚ ਖੇਡ ਰਹੇ ਚੰਦ ਦੀ ਚਾਨਣੀ ਵਿੱਚ। ਕੁਛ ਜਿਹੜੇ ਆ ਘੋੜੀ ਬਣੇ ਘੋੜੀ ਬਣੇ ਹੋਏ, ਕੁਛ ਉੱਤੇ ਬੈਠੇ ਆ, ਕੁਛ ਆਪਸ ਵਿੱਚ ਘੁਲ ਰਹੇ ਆ। ਇਸ ਤਰ੍ਹਾਂ ਦਾ ਘਰ ਦੇ ਵਿੱਚ ਬੜਾ ਜਾਣੀ ਕਿ ਬੱਚਿਆਂ ਦਾ ਜਿਹੜਾ ਹੈਗਾ ਸ਼ੋਰਗੁੱਲ ਚੱਲ ਰਿਹਾ ਹੈਗਾ।
ਕਹਿੰਦੇ ਮੈਂ ਹੈਰਾਨ ਹੋ ਗਿਆ ਜਦ ਟਾਈਮ ਦੇਖਿਆ ਤਾਂ ਅੱਧੀ ਰਾਤ ਤੋਂ ਉੱਪਰ ਸੀਗੀ, ਜਦ ਮੈਂ ਬਠਿੰਡੇ ਦਾ ਆਲਾ ਦੁਆਲਾ ਸ਼ਹਿਰ ਦੇਖਿਆ, ਕਿਉਂਕਿ ਉਸ ਟਾਈਮ ਬਿਜਲੀ ਜਿਹੜੀ ਸੀ ਉਹ ਇੰਨੀ ਨਹੀਂ ਸੀ ਹੁੰਦੀ ਅਤੇ ਬੜਾ ਹਨੇਰ ਘੁੱਪ ਸੀਗਾ, ਪਰ ਚੰਦ ਦੀ ਚਾਨਣੀ ਜਿਹੜੀ ਸੀ ਉਹ ਪੂਰੀ ਚਮਕ ਰਹੀ ਸੀ। ਮੈਂ ਆਲਾ ਦੁਆਲਾ ਦੇਖਿਆ, ਮਨ 'ਚ ਹੈਰਾਨ ਹੋਇਆ ਕਿ ਇਸ ਆਂਢੀਆਂ ਗੁਆਂਢੀਆਂ ਦੇ ਬੱਚੇ ਤਾਂ ਹੋ ਨਹੀਂ ਸਕਦੇ। ਅਤੇ ਜਦ ਮੈਂ ਜਿਹੜਾ ਸੀ ਮੇਨ ਦਰਵਾਜ਼ੇ ਵੱਲ ਤੱਕਿਆ, ਉਹ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਸੀ, ਅਤੇ ਮੈਂ ਹੈਰਾਨ ਸੀਗਾ ਕਿ ਸਾਡੇ ਵਿਹੜੇ ਦੇ ਵਿੱਚ ਇਹ ਬੱਚੇ ਜਿਹੜੇ ਹੈਗੇ ਇਹ ਕਿਵੇਂ ਖੇਡ ਰਹੇ ਆ, ਕਿਸ ਦੇ ਬੱਚੇ ਹੋਣਗੇ। ਪਰ ਕਹਿੰਦੇ ਜਦੋਂ ਹਜੇ ਮੈਂ ਸੋਚ ਰਿਹਾ ਸੀ, ਅਚਨਚੇਤ ਮੇਰੇ ਮਨ ਵਿੱਚੋਂ ਆਈ ਕਿ ਮੇਰੀ ਜੋ ਪਤਨੀ ਉਹ ਸੱਚ ਹੀ ਕਹਿੰਦੀ ਹੈ, ਇਸ ਘਰ ਦੇ ਵਿੱਚ ਬੱਚਿਆਂ ਦੀਆਂ ਆਵਾਜ਼ਾਂ ਆਉਂਦੀਆਂ ਹੈਗੀਆਂ, ਇਸ ਤਰ੍ਹਾਂ ਲੱਗਦਾ ਕਿ ਉਹ ਖੇਡ ਰਹੇ, ਨੱਠ ਭੱਜ ਕਰ ਰਹੇ ਆ। ਤੂੰ ਮੇਰੇ ਜਿਹੜੇ ਸੀ ਉਹਨੇ ਮੇਰੇ ਪੇਟ ਦੇ 2-3 ਵਾਰੀ ਹੱਥ ਵੀ ਮਾਰੇ ਆ, ਮੇਰੇ ਸਿਰ ਦੇ ਉੱਤੇ ਵੀ ਜਦੋਂ ਮੈਂ ਸੁਣਦੀ ਹੂੰ ਹੱਥ ਮਾਰ ਕੇ ਚਲੇ ਜਾਂਦੇ ਆ। ਫਿਰ ਕਹਿੰਦੇ ਮੈਨੂੰ ਸਾਰੀ ਗੱਲ ਜਿਹੜੀ ਸੀ ਉਹ ਸਮਝ ਆ ਗਈ, ਤਾਂ ਮੈਂ ਕਹਿੰਦੇ ਉਹ ਜਿਹੜਾ ਜਾਣੀ ਜੰਗਲਾ ਸੀਗਾ ਕੋਠੇ ਦਾ ਉੱਪਰਲਾ, ਕਹਿੰਦੇ ਮੈਂ ਉਹਦੇ ਨਾਲ ਹੀ ਥੱਲੇ ਬੈਠ ਕੇ ਉਹ ਬੱਚਿਆਂ ਨੂੰ ਦੇਖਿਆ, ਅਤੇ ਮੈਂ ਵੀ ਅੰਦਰੋਂ ਪੂਰੀ ਤਰ੍ਹਾਂ ਡਰ ਗਿਆ ਸੀਗਾ। ਫਿਰ ਕਹਿੰਦੇ ਮੈਂ ਦੱਬੇ ਪੈਰੀ ਦੁਬਾਰਾ ਜਦ ਅੰਦਰ ਆਪਣੇ ਕਮਰੇ ਦੇ ਵਿੱਚ ਆਇਆ ਜਿੱਥੇ ਮੇਰੀ ਪਤਨੀ ਸੁੱਤੀ ਸੀਗੀ, ਕਹਿੰਦੇ ਜਦ ਮੈਂ ਕੀ ਤੱਕਿਆ ਤਾਂ ਮੇਰੀ ਪਤਨੀ ਘੂਕ ਸੁੱਤੀ ਹੋਈ ਸੀ, ਪਰ ਉਹ ਜਿਹੜੀ ਰਾਤ ਸੀਗੀ ਕਹਿੰਦੇ ਫਿਰ ਮੈਂ ਬੜੇ ਹੀ ਕਹਿੰਦੇ ਸਹਿਮ ਦੇ ਵਿੱਚ ਕੱਟੀ। ਪਰ ਜਦ ਦਿਨ ਚੜ੍ਹਿਆ, ਜਦ ਮੈਂ ਉੱਠ ਕੇ ਬਾਹਰ ਦੇਖਿਆ ਤਾਂ ਅੰਦਰ ਵਿਹੜੇ 'ਚ ਕੁਛ ਨਹੀਂ ਸੀ, ਉਹ ਕਮਰਾ ਜਿਹੜਾ ਸੀਗਾ ਵਿਹੜਾ ਉਹ ਪੂਰੀ ਤਰ੍ਹਾਂ ਖਾਲੀ ਸੀਗਾ, ਅਤੇ ਮੋਹਰੇ ਜਿਹੜਾ ਦਰਵਾਜ਼ਾ ਸੀਗਾ ਮੇਨ ਉਹ ਅੰਦਰੋਂ ਬੰਦ ਸੀਗਾ। ਕਹਿੰਦੇ ਮੈਂ ਉੱਠਿਆ, ਉੱਠ ਕੇ ਆਪਣੀ ਪਤਨੀ ਨੂੰ ਕਹਿੰਦੇ ਉਸੇ ਟਾਈਮ ਹੀ ਜਿਹੜਾ ਸੀਗਾ ਉਹ ਦੂਸਰੇ ਘਰ ਦੇ ਵਿੱਚ ਲੈ ਕੇ ਉਹਨੂੰ ਕਿਹਾ ਕਿ ਤੁਸੀਂ ਇੱਥੇ ਬੈਠ, ਮੈਂ ਥੋੜ੍ਹਾ ਟਾਈਮ ਆਉਂਦਾ। ਕਹਿੰਦੇ ਮੈਂ ਆਪਣੇ ਕਿਸੇ ਮਿੱਤਰ ਪਾਸ ਗਿਆ, ਅਤੇ ਆਪਣੇ ਜੋ ਮੇਰਾ ਜਿਗਰੀ ਮਿੱਤਰ ਸੀ ਮੈਂ ਉਹਦੇ ਨਾਲ ਸਾਰੀ ਗੱਲਬਾਤ ਕੀਤੀ, ਅਤੇ ਮੇਰੇ ਮਿੱਤਰ ਨੇ ਮੈਨੂੰ ਸਲਾਹ ਦਿੱਤੀ ਕਿ ਇੱਕ ਤਾਂਤਰਿਕ ਸਾਡੇ ਇਲਾਕੇ 'ਚ ਹੈਗਾ, ਅਸੀਂ ਉਹਨੂੰ ਉਸ ਨੂੰ ਜਾਣਦੇ ਹਾਂ, ਉਹ ਸਿਆਣੇ ਨੂੰ ਲੈ ਕੇ ਆਉਂਦੇ ਹਾਂ। ਕਹਿੰਦੇ ਜਦ ਅਸੀਂ ਉਹਦੇ ਨਾਲ ਗੱਲ ਕੀਤੀ, ਉਹ ਤਾਂਤਰਿਕ ਜਿਹੜਾ ਸੀਗਾ ਕਹਿੰਦੇ ਅਸੀਂ ਘਰ ਦੇ ਵਿੱਚ ਲੈ ਕੇ ਆਏ, ਕਹਿੰਦੇ ਉਹਨੂੰ ਸਾਰੀ ਗੱਲਬਾਤ ਦੱਸੀ, ਅਤੇ ਕਹਿੰਦੇ ਉਹ ਤਾਂਤਰਿਕ ਨੇ ਦੱਸਿਆ ਕਿ ਤੁਹਾਡੇ ਘਰ ਦੇ ਵਿੱਚ ਇੱਕ ਨਹੀਂ ਬਹੁਤ ਸਾਰੀਆਂ ਰੂਹਾਂ ਦਾ ਜਿਹੜਾ ਹੈਗਾ ਉਹ ਜਥਾ ਰਹਿੰਦਾ ਹੈ, ਪਰ ਕਹਿੰਦੇ ਸਾਡੇ ਸਾਹਮਣੇ ਉਹਨੇ ਇੱਕ ਛਿਟੀ ਜਿਹੜੀ ਸੀ ਉਹ ਮੰਤਰ ਕੇ ਕੱਢੀ, ਅਤੇ ਉਹ ਇਕੱਲੀ ਇਕੱਲੀ ਕੰਧ 'ਤੇ ਜਿਹੜਾ ਸੀ ਉਹ ਛਿਟੀ ਹਲਕੀ ਹਲਕੀ ਕਹਿੰਦਾ ਉਹ ਮਾਰੇ। ਕਹਿੰਦਾ ਉਹਨੇ ਸਾਰੀਆਂ ਕੰਧਾਂ ਦੇ ਵਿੱਚ ਅਤੇ ਕਮਰੇ ਦੇ ਵਿੱਚ ਜਦ ਛਿਟੀ ਘੁੰਮਾਈ, ਅਤੇ ਇੱਕ ਜਗ੍ਹਾ ਜਿੱਥੇ ਕਹਿੰਦੇ ਉਹਨੇ ਛਿਟੀ ਲਾਈ ਉਹ ਛਿਟੀ ਦੇ ਵਿੱਚੋਂ ਖੂਨ ਨਿਕਲਿਆ, ਅਤੇ ਕਹਿੰਦੇ ਫਿਰ ਉਹਨੇ ਸਾਨੂੰ ਦੱਸ ਦਿੱਤਾ ਵੀ ਇਸ ਕਮਰੇ ਦੇ ਵਿੱਚ ਹੀ ਸਾਰੀ ਗੜਬੜ ਵਾ। ਪਰ ਕਹਿੰਦੇ ਅਸੀਂ ਹੈਰਾਨ ਹੋ ਗਏ ਕਿ ਅਸੀਂ ਤਾਂ ਸਾਰੇ ਕਮਰੇ 'ਚ ਘੁੰਮਦੇ, ਇਸ ਕਮਰੇ 'ਚ ਕੀ ਗੜਬੜ ਆ। ਪਰ ਕਹਿੰਦੇ ਸਾਨੂੰ ਸਮਝਣ ਦੇ ਵਿੱਚ ਡੇਰ ਨਹੀਂ ਲੱਗੀ, ਉਹਨੇ ਸਾਨੂੰ ਇਹ ਦੱਸਿਆ ਕਿ ਦੇਖੋ ਬਾਕੀ ਜਿੰਨਾ ਵੀ ਮਕਾਨ ਹੈ ਥੱਲਿਓਂ ਉੱਪਰ ਇਹਦੇ ਸਾਰੇ ਹੀ ਇੱਟਾਂ ਲੱਗੀਆਂ ਹੋਈਆਂ, ਫਰਸ਼ਾਂ ਵੀ ਇੱਟਾਂ ਦੀਆਂ ਬਣੀਆਂ ਹੋਈਆਂ ਹੈ, ਪਰ ਆਹ ਜਿਹੜਾ ਕਮਰਾ ਹੈ ਤਾਂ ਇਹ ਵੀ ਪੱਕਾ, ਪਰ ਇਹਦੀ ਜਿਹੜੀ ਫਰਸ਼ ਵਾ ਨਾ ਇਹ ਕੱਚੀ ਆ, ਇੱਥੇ ਸਾਰੀ ਗੜਬੜ ਹੈ। ਕਹਿੰਦੇ ਖੈਰ ਉਹਦੇ ਕਹਿੰਦੇ ਕਹਿਣ ਦੇ ਉੱਤੇ ਮੈਂ ਕਦੋਂ ਕਈ ਦੇ ਨਾਲ ਕਹਿੰਦੇ ਫਿਰ ਉਹ ਜਿਹੜੀ ਸੀ ਗਿੱਲੀ ਮਿੱਟੀ ਕਮਰੇ ਦੇ ਅੰਦਰ ਜਿਹਦੇ ਉੱਤੇ ਫਰਸ਼ ਨਹੀਂ ਸੀ ਲੱਗੀ, ਕਹਿੰਦੇ ਜਦ ਮੈਂ ਉਹ ਪੱਟੀ ਪੜਦਿਆਂ ਜਦ ਕੀ ਦੇਖਿਆ ਤਾਂ ਉਹਦੇ ਥੱਲੇ ਬੱਚਿਆਂ ਦੇ 10-12 ਜਿਹੜੇ ਕਕਾਰ ਸੀ ਕਹਿੰਦੇ ਉਹ ਨਿਕਲੇ, ਜਦੋਂ ਕਹਿੰਦੇ ਉਹ ਕਕਾਰ ਜਿਹੜੇ ਸੀ ਉਹ ਹੱਡੀਆਂ ਨਿਕਲੀਆਂ, ਅਤੇ ਕਹਿੰਦੇ ਫਿਰ ਅਸੀਂ ਹੈਰਾਨ ਹੋ ਗਏ, ਅਤੇ ਉਹ ਫਿਰ ਸਾਨੂੰ ਸਿਆਣਾ ਕਹਿਣ ਲੱਗਾ ਵੀ ਸਾਰਾ ਕੁਛ ਇਹਦੇ ਕਰਕੇ ਹੀ ਘਰ ਦੇ ਵਿੱਚ ਇੰਨੀਆਂ ਰੂਹਾਂ ਦਾ ਵਾਸਾ ਹੈਗਾ। ਕਹਿੰਦੇ ਫਿਰ ਅਸੀਂ ਸਾਰਾ ਜਿਹੜਾ ਕਕਾਰ ਸੀਗੇ ਕਹਿੰਦੇ ਉਹ ਹੱਡੀਆਂ ਸੀਗੀਆਂ ਸਾਰੀਆਂ ਇਕੱਠੀਆਂ ਕਰਕੇ ਕੱਪੜੇ 'ਚ ਬੰਨ੍ਹ ਕੇ, ਤਾਂ ਮੈਨੂੰ ਦੱਸਿਆ ਸੀਗਾ ਇੱਦਾਂ ਕਰੋ ਕਿ ਇਸ ਨੂੰ ਕਿਸੇ ਜਲ ਦੇ ਵਿੱਚ ਦੂਰ ਜਾ ਕੇ ਜਲ ਪ੍ਰਵਾਹ ਕਰ ਦਿਓ। ਕਹਿੰਦੇ ਫਿਰ ਮੈਂ ਜਿਹੜੀਆਂ ਸੀ ਉਹ ਹੱਡੀਆਂ ਜਿਹੜੀਆਂ ਸਾਰੀਆਂ ਚੱਕੀਆਂ ਚੱਕ ਕੇ ਦੂਰ ਕਿਤੇ ਜਾ ਕੇ ਜਲ ਪ੍ਰਵਾਹ ਕਰ ਦਿੱਤੀਆਂ, ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਉਹ ਜਿਹੜਾ ਮੇਰਾ ਘਰ ਸੀਗਾ ਹੈ ਨਾ ਉਹਦੇ ਵਿੱਚ ਫਿਰ ਇਸ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਈ, ਨਾ ਬੱਚਿਆਂ ਦੇ ਖੇਡਣ ਦੀ, ਨਾ ਭੱਜਣ ਦੀ, ਨਾ ਗਾਉਣ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਆਵਾਜ਼ ਪ੍ਰਗਟ ਨਹੀਂ ਹੋਈ। ਤਾਂ ਕਹਿੰਦੇ ਫਿਰ ਮੈਂ ਉਸ ਸਿਆਣੇ ਨੂੰ ਪੁੱਛਿਆ ਸੀ, ਉਹਨੇ ਕਿਹਾ ਸੀ ਇਹ ਜਿੱਥੇ ਜਗ੍ਹਾ ਕਕਾਰ ਚੱਲ ਗਏ ਹੈ ਨਾ ਇਹ ਰੂਹਾਂ ਉੱਥੇ ਹੀ ਚਲੀਆਂ ਗਈਆਂ, ਕਿਉਂਕਿ ਇਹ ਰੂਹਾਂ ਵੀ ਜਿਹੜੀਆਂ ਇਹਨਾਂ ਹੱਡੀਆਂ ਦੇ ਵਿੱਚ ਨਿਵਾਸ ਕਰਦੀਆਂ ਸੀ। ਖੈਰ ਕਹਿੰਦੇ ਮੈਂ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ ਹੋਣ ਕਰਕੇ ਇਸ ਘਟਨਾ ਨੂੰ ਬਹੁਤ ਵਾਰੀ ਸੋਚਦੇ ਰਹੇ ਵੀ ਇਹ ਕਿਵੇਂ ਹੋ ਸਕਦਾ ਹੈ ਕਿ ਇਸ ਘਰ ਦੇ ਵਿੱਚ ਇਹ ਜਿਹੜੇ ਕਕਾਰ ਆ ਇਹ ਕਿਸ ਨੇ ਗੱਡੇ ਹੋਣਗੇ, ਇਹ ਕਿਸ ਨੇ ਕੀ ਕੀਤਾ ਹੋਊਗਾ, ਕਿਉਂਕਿ ਸਾਰੇ ਕਮਰੇ ਪੱਕੇ ਆ, ਪਰ ਆ ਜਿੱਥੋਂ ਇਹ ਸਾਰਾ ਕੁਛ ਨਿਕਲਿਆ ਹੈ ਕਮਰਾ ਜਿਹੜਾ ਹੈ ਅੰਦਰੋਂ ਕੱਚਾ ਹੈ, ਅਤੇ ਇਹ ਕਿਵੇਂ ਹੋ ਸਕਦਾ ਹੈ। ਖੈਰ ਕਹਿੰਦੇ ਮੈਂ ਇਹਦੀ ਖੋਜ ਕੀਤੀ, ਖੋਜ ਕਰਨ 'ਤੇ ਮੈਨੂੰ ਪਤਾ ਲੱਗਾ ਕਿ ਇਹ ਜਿਹੜਾ ਮੈਂ ਘਰ ਖਰੀਦਿਆ ਸੀ ਇਹ 1947 ਤੋਂ ਪਹਿਲਾਂ ਜਿਹੜਾ ਸੀ ਇਹਦੇ ਵਿੱਚ ਇੱਕ ਮੁਸਲਮਾਨੀ ਪਰਿਵਾਰ ਰਹਿੰਦਾ ਸੀਗਾ, ਅਤੇ ਉਹਦੀ ਜਿਹੜੀ ਇੱਕ ਔਰਤ ਸੀ ਉਹ ਦਾਈ ਦਾ ਕੰਮ ਕਰਦੀ ਹੁੰਦੀ ਸੀ, ਅਤੇ ਕਹਿੰਦੇ ਉਹ ਜਿਹੜੀ ਔਰਤ ਸੀ ਉਹ ਦਾਈ ਦਾ ਕੰਮ ਕਰਦੀ ਹੁੰਦੀ ਸੀ, ਜਿੱਥੇ ਕਹਿੰਦੇ ਉਹ ਇਸ ਚੀਜ਼ ਦੇ ਪੈਸੇ ਲੈਂਦੀ ਹੁੰਦੀ ਸੀ ਉੱਥੇ ਉਹ ਨਜਾਇਜ਼ ਕੰਮ ਵੀ ਕਰਦੀ ਹੁੰਦੀ ਸੀ, ਅਤੇ ਜਿਹੜੇ ਨਜਾਇਜ਼ ਕੰਮ ਜਾਣੀ ਨਜਾਇਜ਼ ਬੱਚਿਆਂ ਦੇ ਹੁੰਦੇ ਸੀਗੇ ਉਹਦੇ ਕੇਸ ਜਿਹੜੀ ਸੀ ਉਹ ਦਾਈ ਉਹ ਆਪ ਹੀ ਆਪਣੇ ਘਰ ਦੇ ਵਿੱਚ ਕਰਕੇ ਜਿਹੜਾ ਬੱਚਾ ਜੰਮਦਾ ਸੀਗਾ ਉਹਦਾ ਗਲ ਘੁੱਟ ਕੇ ਉਹਨੂੰ
ਘਰ ਦੇ ਅੰਦਰ ਹੀ ਇਸ ਟੋਏ ਦੇ ਵਿੱਚ ਦੱਬ ਦਿੰਦੀ ਸੀਗੀ। ਤਾਂ ਦੇਖੋ ਕਹਿੰਦੇ ਉਸ ਨੇ ਜਿੰਨੇ ਵੀ ਆਪਣੀ ਜ਼ਿੰਦਗੀ ਵਿੱਚ ਇਹ 10-15 ਜਿੰਨੇ ਵੀ ਉਹਨੇ ਕੇਸ ਕੀਤੇ ਸੀਗੇ, ਉਹਨਾਂ ਸਾਰਿਆਂ ਬੱਚਿਆਂ ਦੇ ਜਿਹੜੇ ਸ਼ਵ ਸੀਗੇ ਉਸ ਕਮਰੇ ਦੇ ਅੰਦਰ, ਜਿਹੜੇ ਜਿਹਦੀ ਆਪਣੇ ਕਹਿ ਲਓ ਕਿ ਫਰਸ਼ ਕੱਚੀ ਸੀਗੀ, ਉਹਦੇ ਵਿੱਚੋਂ ਦੱਬਦੀ ਰਹੀ। ਪਰ ਸਮਾਂ ਪਾ ਕੇ ਫਿਰ ਜਦੋਂ ਵੰਡ ਹੋਈ ਆ, ਉਹ ਪਰਿਵਾਰ ਜਿਹੜਾ ਸੀਗਾ ਉਹ ਆਪਣੇ ਉੱਧਰ ਚਲਿਆ ਗਿਆ ਦੂਸਰੇ ਪਾਸੇ, ਪਰ ਜਿਹੜਾ ਘਰ ਸੀਗਾ ਉਹ ਇਸ ਤਰ੍ਹਾਂ ਉਹ ਛੱਡ ਦਿੱਤਾ ਗਿਆ ਹੈਗਾ। ਤਾਂ ਪਰ ਕਹਿੰਦੇ ਆਲੇ ਦੁਆਲੇ ਜਿਹੜਾ ਸੀਗਾ ਉਹ ਕੋਈ ਕਿਸ ਘਰ ਨੂੰ ਖਰੀਦਦਾ ਨਹੀਂ ਸੀਗਾ, ਕਿਉਂਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸੀ ਘਰ ਦੇ ਵਿੱਚ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀਗੀਆਂ ਕਿ ਇਸ ਘਰ ਦੇ ਵਿੱਚ ਜਿਹੜੀਆਂ ਹੈਗੀਆਂ ਇਹ ਗੈਵੀ ਰੂਹਾਂ ਦਾ ਪਹਿਰਾ ਰਹਿੰਦਾ ਹੈਗਾ। ਪਰ ਕਹਿੰਦੇ ਫਿਰ ਮੈਂ ਜਦੋਂ ਇਹ ਸਾਰੀ ਦੇਖਿਆ ਸੀਗਾ ਤਾਂ ਫਿਰ ਮੈਂ ਇਹਦੀ ਅਸਲੀਅਤ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਫਿਰ ਮੈਨੂੰ ਪਤਾ ਲੱਗਾ ਸੀਗਾ ਵੀ ਇਹ ਜਿਹੜੀ ਹੈਗੀ ਆ ਔਰਤ ਜੋ ਦਾਜ ਦਾ ਕੰਮ ਕਰਦੀ ਹੁੰਦੀ ਸੀ, ਉਹ ਨਜਾਇਜ਼ ਜੋ ਔਲਾਦ ਹੁੰਦੀ ਸੀ ਉਹਨੂੰ ਘਰ ਦੇ ਵਿੱਚ ਹੀ ਦੱਬ ਦਿੰਦੀ ਸੀ। ਇਹ ਜਿਹੜੀਆਂ ਨਜਾਇਜ਼ ਬੱਚਿਆਂ ਦੀਆਂ ਰੂਹਾਂ ਹੈਗੀਆਂ ਇਸ ਕੰਕਾਰਾਂ ਦੇ ਨਾਲ ਸੰਪਰਕ ਰੱਖਦੀਆਂ ਸੀਗੀਆਂ, ਅਤੇ ਇਹਨਾਂ ਵਿੱਚੋਂ ਨਿਕਲ ਕੇ ਦੇਖੋ ਉਹ ਹੌਲੀ ਹੌਲੀ ਵੱਡੀਆਂ ਹੁੰਦੀਆਂ ਗਈਆਂ ਅਤੇ ਉਹ ਬੱਚੇ ਬਣ ਕੇ ਇਸ ਘਰ ਦੇ ਵਿੱਚ ਹੀ ਖੇਡਣ ਲੱਗ ਪਈਆਂ। ਇਹ ਵੀ ਉਸ ਨਿਰੰਕਾਰ ਅਕਾਲ ਪੁਰਖ ਦੀ ਇੱਕ ਬੜੀ ਹੀ ਵਿਲੱਖਣ ਖੇਡ ਹੈ ਕਿ ਉਹ ਤਾਂ ਵਾਹਿਗੁਰੂ ਹੀ ਜਾਣਦਾ ਹੈਗਾ ਕਿ ਇਹਨਾਂ ਰੂਹਾਂ ਦੀ ਜਿਹੜੀ ਗਤੀ ਹੈ ਉਹ ਇਸ ਤਰ੍ਹਾਂ ਹੋਣੀ ਹੈ ਜਾਂ ਨਹੀਂ ਹੋਣੀ। ਪਰ ਉਹ ਜਿਹੜੀਆਂ ਰੂਹਾਂ ਸੀਗੀਆਂ ਉਹ ਇਸੇ ਹੀ ਰੂਪ ਦੇ ਵਿੱਚ ਵੱਡੀਆਂ ਹੋ ਗਈਆਂ, ਤੋ ਜਿਹੜੇ 10-12 ਬੱਚੇ ਸੀਗੇ ਉਹ ਜੋ ਇਹ ਉਸ ਵਿਹੜੇ ਵਿੱਚ ਖੇਡਦੇ ਸੀਗੇ ਉਹ ਕੰਕਾਰਾਂ ਦੇ ਨਾਲ ਹੀ ਸੰਬੰਧਿਤ ਹੋ ਗਏ ਸੀਗੇ। ਸੋ ਕਹਿੰਦੇ ਇਹ ਜਿਹੜੀ ਘਟਨਾ ਸੀ ਇਹ ਮੇਰੇ ਜੀਵਨ ਦੀ ਜਿਹੜੀ ਵਾਪਰੀ ਸੀਗੀ, ਅਤੇ ਮੈਂ ਜਿਹਨੂੰ ਦੇਖ ਕੇ ਬੜਾ ਦੰਗ ਰਹਿ ਗਿਆ ਸੀਗਾ। ਪਰ ਜਦੋਂ ਮੈਂ ਉਹ ਜਿਹੜੇ ਕੰਕਾਰ ਹੱਡੀਆਂ ਚੱਕ ਕੇ ਬਾਹਰ ਦੂਰ ਪਾਣੀ 'ਚ ਜਲ ਪ੍ਰਵਾਹ ਕਰ ਦਿੱਤੇ ਸੀਗੇ, ਇਹ ਰੂਹਾਂ ਫਿਰ ਉੱਧਰ ਹੀ ਚਲੀਆਂ ਗਈਆਂ ਸੀਗੀਆਂ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੀਆਂ ਰੂਹਾਂ ਹੈਗੀਆਂ ਇਹਨਾਂ ਦੇ ਜੋ ਇਸ ਬ੍ਰਹਿਮੰਡ ਵਿੱਚ ਵਿਚਰਦੀਆਂ ਹੈਗੀਆਂ ਇਹਨਾਂ ਦੇ ਵਰਤਾਰੇ ਵੀ ਅਲੱਗ ਅਲੱਗ ਹੀ ਹੁੰਦੇ ਆ, ਕਿਉਂਕਿ ਕਈ ਚੰਗੀਆਂ ਰੂਹਾਂ ਹੁੰਦੀਆਂ ਕੋਈ ਮੰਦੀਆਂ ਰੂਹਾਂ ਹੁੰਦੀਆਂ। ਜਿਹੜੀਆਂ ਚੰਗੀਆਂ ਰੂਹਾਂ ਉਹ ਤਾਂ ਇਨਸਾਨ ਦਾ ਹੀ ਹਮੇਸ਼ਾ ਸਹਾਇਤਾ ਕਰਦੀਆਂ ਰਹਿੰਦੀਆਂ ਹੈਗੀਆਂ, ਪਰ ਜੋ ਮਾੜੀਆਂ ਰੂਹਾਂ ਹੁੰਦੀਆਂ ਉਹ ਵੀ ਆਪਣੇ ਮਤਲਬ ਵਾਸਤੇ ਨੁਕਸਾਨ ਵੀ ਕਰ ਦਿੰਦੀਆਂ ਹੈਗੀਆਂ। ਸੋ ਕਹਿਣ ਤੋਂ ਭਾਵ ਇਹ ਹੈਗਾ ਵੀ ਆਪਾਂ ਜਿਸ ਵੀ ਜਗ੍ਹਾ ਦੇ ਉੱਤੇ ਰਹੀਏ, ਜਿਸ ਵੀ ਮਕਾਨ 'ਤੇ, ਜਿਸ ਵੀ ਅਸਥਾਨ 'ਤੇ ਰਹੀਏ, ਉੱਥੇ ਅਗਰ ਨਾਮ ਬਾਣੀ ਦਾ ਪ੍ਰਭਾਵ ਚੱਲਦਾ ਰਹੇ ਅਤੇ ਇਹ ਸਾਰੀਆਂ ਜਿਹੜੀਆਂ ਬਦਰੂਹਾਂ ਹੁੰਦੀਆਂ ਹੈਗੀਆਂ ਜਿਨ੍ਹਾਂ ਦੇ ਇਹ ਚੱਕਰ ਬਣੇ ਰਹਿੰਦੇ ਹੈ ਉਹ ਇਸ ਜਗ੍ਹਾ ਨੂੰ ਛੱਡ ਕੇ ਦੂਰ ਦੁਰਾਡੇ ਚਲੀਆਂ ਜਾਂਦੀਆਂ ਹੈਗੀਆਂ। ਜਿਵੇਂ ਮਹਾਂਪੁਰਖਾਂ ਨੇ ਬੜੇ ਬੜੇ ਘਮਸਾਨ ਜਿਹੜੇ ਸੀ ਉਹ ਸੰਘਣੇ ਇਲਾਕੇ ਹੁੰਦੇ ਸੀ ਜਿਨ੍ਹਾਂ ਉੱਤੇ ਇਹਨਾਂ ਚੀਜ਼ਾਂ ਦੇ ਸਾਏ ਬਣੇ ਰਹਿੰਦੇ ਸੀ, ਉੱਥੇ ਜਦ ਕਿ ਜਾ ਕੇ ਬੰਦਗੀਆਂ ਕੀਤੀਆਂ ਅਤੇ ਉਹ ਜਗ੍ਹਾ ਜਿਹੜੀ ਸੀ ਹੁਣ ਜੰਗਲ ਦੇ ਵਿੱਚ ਮੰਗਲ ਬਣ ਗਈ ਹੈ। ਭਾਵ ਕਿ ਉਹਨਾਂ ਦੀ ਬੰਦਗੀ ਦਾ ਪ੍ਰਤਾਪ ਕਰਕੇ ਸਾਰੀਆਂ ਰੂਹਾਂ ਜਿਹੜੀਆਂ ਉਹ ਇਲਾਕਾ ਛੱਡ ਕੇ ਦੂਰ ਦੁਰਾਡੇ ਚਲੀਆਂ ਗਈਆਂ ਹੈ। ਸੋ ਘਰ ਦੇ ਵਿੱਚ ਅਗਰ ਅਸੀਂ ਵੀ ਇਸ ਤਰ੍ਹਾਂ ਦਾ ਰੋਜ਼ ਸਵੇਰ ਸ਼ਾਮ ਅਗਰ ਗੁਰਬਾਣੀ ਦਾ ਪਾਠ ਕਰੀਏ ਅਤੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਇਸ ਤਰ੍ਹਾਂ ਕਿਸੇ ਵੀ ਰੂਹ ਦਾ ਜਿਹੜਾ ਵਾਸਾ ਨਹੀਂ ਰਹਿੰਦਾ, ਸਾਰਾ ਘਰ ਜਿਹੜਾ ਪਵਿੱਤਰ ਹੋ ਜਾਂਦਾ ਹੈਗਾ, ਅਤੇ ਇਸ ਘਰ ਦੇ ਵਿੱਚ ਫਿਰ ਕੇਵਲ ਅਤੇ ਕੇਵਲ ਦੇਵ ਰੂਹਾਂ ਹੀ ਜਿਹੜੀਆਂ ਵਿਚਰਦੀਆਂ ਹੈਗੀਆਂ। ਸੋ ਜ਼ਰੂਰੀ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਅਤੇ ਸ਼ਾਮ ਨੂੰ ਰਹਿਰਾ ਸਾਹਿਬ ਅਤੇ ਰਾਤ ਨੂੰ ਸੌਣ ਲੱਗੇ ਕੀਰਤਨ ਸੋਹਲੇ ਦੀ ਬਾਣੀ ਬੜੀ ਜ਼ਰੂਰੀ ਆ। ਅਗਰ ਹੋ ਸਕੇ ਤਾਂ ਫਿਰ ਸੁਖਣੀ ਸਾਹਿਬ ਦੀ ਬਾਣੀ ਤਾਂ ਫਿਰ ਸੋਨੇ ਅਤੇ ਸੁਹਾਗੇ ਦਾ ਕੰਮ ਕਰ ਜਾਂਦੀ ਹੈ। ਅਤੇ ਫਿਰ ਜਿਸ ਜਗ੍ਹਾ ਗੁਰਬਾਣੀ ਹੈ, ਜਿਵੇਂ ਮਹਾਂਪੁਰਖ ਦੱਸਦੇ ਆ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਠਹਿਰ ਸਕਦੀਆਂ, ਜਿੱਥੇ ਬਾਣੀ ਹੈ ਉੱਥੇ ਕਦੀ ਵੀ ਇਸ ਤਰ੍ਹਾਂ ਦੀਆਂ ਰੂਹਾਂ ਦਾ ਕਦੀ ਵਾਸਾ ਨਹੀਂ ਹੁੰਦਾ, ਉੱਥੇ ਹਮੇਸ਼ਾ ਚੰਗੀਆਂ ਅਤੇ ਸੁੰਦਰ ਰੂਹਾਂ ਜਿਨ੍ਹਾਂ ਨੂੰ ਅਸੀਂ ਸਿੰਘ ਸ਼ਹੀਦ ਕਹਿੰਦੇ ਹਾਂ ਉਹਨਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ। ਅਤੇ ਇਹ ਜਿਹੜੀਆਂ ਚੰਗੀਆਂ ਰੂਹਾਂ ਦੇਵ ਰੂਹਾਂ ਹੈਗੀਆਂ, ਫਿਰ ਜਿਹੜੇ ਇਹ ਇਨਸਾਨ ਗੁਰਬਾਣੀ ਨਾਲ ਜੁੜੇ ਰਹਿੰਦੇ ਆ ਉਹਨਾਂ ਦੀ ਸਮੇਂ ਸਮੇਂ 'ਤੇ ਸਹਾਇਤਾ ਕਰਦੀਆਂ ਅਤੇ ਉਹਨਾਂ ਨੂੰ ਜੀਵਨ ਦੇ ਵਿੱਚ ਉੱਚਾ ਚੱਕਦੀਆਂ ਹੈਗੀਆਂ। ਸੋ ਇਹਨਾਂ ਵਚਨਾਂ ਦੇ ਨਾਲ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਹੱਥ ਜੋੜ ਕੇ ਸਾਰੀ ਸੰਗਤ ਤੋਂ ਖਿਮਾ ਬਖਸ਼ੇ ਹਾਂ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।